ਤੇ ਹੁਣ ਅਸੀਂ ਆਏ ਆ ਗਵਾਲੀਅਰ ਦੇ ਵਿੱਚ ਤਾਨਸੇਨ ਜੀ ਦਾ ਮਕਬਰਾ ਉਹ ਸਾਹਮਣੇ ਦਿਖਾਈ ਦੇ ਰਿਹਾ ਤੇ ਇੱਧਰ ਸਾਰੀ ਗਾਰਡਨ ਬਣੀ ਹੋਈ ਆ ਤਾਨਸੇਨ ਆਪਾਂ ਨੂੰ ਸਾਰਿਆਂ ਨੂੰ ਪਤਾ ਆ ਕਿ ਅਕਬਰ ਬਾਦਸ਼ਾਹ ਦੇ 9 ਰਤਨਾਂ ਦੇ ਵਿੱਚੋਂ ਇੱਕ ਸੀ ਸੰਗੀਤ ਦਾ ਮਹਾਗਿਆਨੀ ਉਹਦਾ ਜਿਹੜਾ ਮਕਬਰਾ ਇੱਥੇ ਗਵਾਲੀਅਰ ਦੇ ਵਿੱਚ ਬਣਿਆ ਹੋਇਆ ਆਪਾਂ ਜਦੋਂ ਉਹ ਕਹਾਣੀਆਂ ਪੜ੍ਹਦੇ ਹਾਂ ਤਾਂ ਲੱਗਦਾ ਹੁੰਦਾ ਕਿ ਜਿਹੜੇ ਇਹ ਤਾਨਸੇਨ ਜਦੋਂ ਗਾਉਂਦੇ ਹੁੰਦੇ ਸੀਗੇ ਤਾਂ ਉਦੋਂ ਇੱਕ ਸੰਗੀਤਕ ਜਾਦੂ ਜਿਹਾ ਚਾਰੇ ਪਾਸੇ ਫੈਲ ਜਾਂਦਾ ਸੀ ਜਿਹਦੇ ਵਿੱਚ ਕਈ ਮਸ਼ਹੂਰ ਗੱਲਾਂ ਜਿਵੇਂ ਆਪਾਂ ਨੂੰ ਪਤਾ ਆ ਕਿ ਦੀਪਕ ਰਾਗ ਦੀਵੇ ਜਗਾ ਦਿੰਦਾ ਸੀ ਮਲਹਾਰ ਰਾਗ ਬਾਰਿਸ਼ ਕਰ ਦਿੰਦਾ ਸੀ ਹੁਣ ਇਹ ਪਤਾ ਨਹੀਂ ਕਿ ਇਹ ਗੱਲਾਂ ਜਿਹੜੀਆਂ ਬਾਹਰ ਦੀਆਂ ਕਿ ਅੰਦਰ ਦੀਆਂ ਬੰਦੇ ਦੇ ਅੰਦਰ ਜਿਹੜੇ ਦੀਪਕ ਜਗਾਉਣੇ ਜਦੋਂ ਮੰਤਰ ਮੁਗਧ ਹੋ ਜਾਂਦਾ ਹੈ ਇੰਨਾ ਉਹਦੇ ਵਿੱਚ ਚਲਾ ਜਾਂਦਾ ਆ ਕਿ ਅੰਦਰ ਜਗਣ ਲੱਗ ਪੈਂਦਾ ਅੰਦਰ ਹੀ ਬਾਰਿਸ਼ ਹੁੰਦੀ ਆ ਇਹ ਚੀਜ਼ਾਂ ਜਿਹੜੀਆਂ ਉਹ ਜਿਹੜੇ ਇਸ ਲੈਵਲ ਤੱਕ ਇਸ ਅਨੁਭਵ ਨੂੰ ਮਹਿਸੂਸ ਕਰਦੇ ਇਹਨਾਂ ਚੀਜ਼ਾਂ ਨੂੰ ਸਮਝਦੇ ਆ ਉਹਨਾਂ ਨੂੰ ਪਤਾ ਹੁੰਦਾ ਇਹ ਆ ਜੀ ਮਕਬਰਾ ਮੈਨੂੰ ਲੱਗਦਾ ਇਹ ਬੈਕ ਸਾਈਡ ਆ ਜੀ ਦੇ ਜਿਹੜੇ ਚਾਰੇ ਪਾਸੇ ਬਣੇ ਹੋਏ ਆ ਇਹ ਚਾਰੇ ਪਾਸੇ ਤੇ ਕੋਈ ਹੀ ਆ ਕੋਈ ਇਹਦਾ ਅੱਗਾ ਜਾਂ ਪਿੱਛਾ ਨਹੀਂ ਵੈਸੇ ਇੱਥੇ ਇੱਕ ਕਿਸਮ ਦਾ ਕਵਰ ਸਥਾਨ ਆ ਵੱਖ ਵੱਖ ਤਰ੍ਹਾਂ ਦੇ ਜਿਹੜੇ ਇੱਥੇ ਮਕਬਰੇ ਬਣੇ ਹੋਏ ਛੋਟੀਆਂ ਛੋਟੀਆਂ ਕਬਰਾਂ ਕਈਆਂ ਦੀਆਂ ਵੱਡੀਆਂ ਜਿੱਦਾਂ ਜਿੱਦਾਂ ਦੀ ਉਹਨੇ ਕਮਾਈ ਕੀਤੀ ਆ ਦੁਨੀਆ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਇੱਥੇ ਅੱਜ ਦਾ ਸਾਹਮਣੇ ਦਾ ਪਾਸਾ ਹੈ ਇੱਧਰ ਇਹ ਛੋਟੀ ਛੋਟੀਆਂ ਕਬਰਾਂ ਆ ਆਹ ਪਿਛਲੇ ਪਾਸੇ ਜਿਹੜਾ ਉਹ ਲੱਗਦਾ ਕਿ ਇਹਨਾਂ ਦੇ ਗੁਰੂ ਸਾਹਿਬ ਜੋ ਸੀਗੇ ਸੰਗੀਤਕ ਗਿਆਨੀ ਉਹਨਾਂ ਦਾ ਮਕਬਰਾ ਆ ਅਤੇ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਕਿ ਆਪੋ ਆਪਣੀਆਂ ਉਪਲਬਧੀਆਂ ਦੇ ਹਿਸਾਬ ਨਾਲ ਜਿਹੜੇ ਉਹ ਇਹ ਚੀਜ਼ਾਂ ਬਣੀਆਂ ਹੋਈਆਂ ਅਤੇ ਇਹ ਸਾਰਾ ਜਿਹੜਾ ਇਹ ਤਾਨਸੇਨ ਉਹਨਾਂ ਦਾ ਮਕਬਰਾ ਹੈ ਬੰਦੇ ਦੇ ਵਿੱਚ ਗੁਣ ਹੋਣਾ ਚਾਹੀਦਾ ਗੁਣ ਦੀ ਕਦਰ ਪੈਂਦੀ ਆ ਅਤੇ ਗੁਣ ਉਹਨਾਂ ਦੇ ਉਸ ਵੇਲੇ ਸੀ ਅਤੇ ਅੱਜ ਵੀ ਜਿਹੜੇ ਆ ਉਹ ਉਸੇ ਤਰ੍ਹਾਂ ਉਜਾਗਰ ਆ ਉਸੇ ਤਰ੍ਹਾਂ ਉਹ ਜਾਣੇ ਜਾਂਦੇ ਉਹਨਾਂ ਦੀ ਗੁਣਾਂ ਦੀ ਬਦੌਲਤ ਹੀ ਅੱਜ ਜਿਹੜੇ ਆ ਉਹ ਉਹਨਾਂ ਦੇ ਮੋਨੂਮੈਂਟ ਇੱਦਾਂ ਦੀਆਂ ਉਹ ਮਕਬਰੇ ਬਣੇ ਹੋਏ ਆ ਟੋਮ ਬਣੇ ਹੋਏ ਆ ਇਹ ਜਿਹੜਾ ਸਥਾਨ ਵੈਸੇ ਇਹ ਦੇਖੋ ਕਬੂਤਰ ਕਿੰਨੇ ਉੱਡ ਰਹੇ ਸੀ ਵਾਹ ਬਿਊਟੀਫੁਲ ਜਿਵੇਂ ਇਹ ਮਕਬਰੇ ਦੀ ਪਰਿਕਰਮਾ ਕਰ ਰਹੇ ਹੁਣ ਕਬੂਤਰ ਇਸ ਤਰ੍ਹਾਂ ਲੱਗ ਰਿਹਾ ਚਾਰੇ ਪਾਸੇ ਘੁੰਮ ਰਹੇ ਆ ਇੱਧਰੋਂ ਆਉਂਦੇ ਆ
तो इधर से घूम के फिर वापस उस रास्ते पर चले जाते हैं। ये सारिया इधरले पासे भी देखो सारिया कबर ही कबर है, कबरस्तान है किस्म का इस ग्वालियर का। तो ये जड़ियाँ वो ये मकबरे का दक्षण वाल का पासा, इधर कुछ नहीं है सिवाए कबर तो। देखो कि कबर है कवर सारा देखे छोटी छोटी गलेरियां आपके हाथ में नहीं आएगा आपके आ जाए पकड़ के तो यहाँ डेली काम है पहचानती है। हाँ, आवाज पहचानती तोता सब मोहब्बत है आपसे। कुछ लोग इस छोटे मकबरे नूं तानसेन का मकबरा मानते हैं क्या जिहड़ा वड्डा आ ये उन्होंने जिहड़े गुरु आ उन्हां दा आ, पर जिहड़ा सामने गेट उत्ते लिखा है वह तानसेन टॉम्ब ही लिखा हुआ तो जिहदे विच सामने यही नज़र आता है। इस स्थानक लोगों की आप अपनी जो भी कहते होंगे मन्नत या रवायत आ उस हिसाब नाल वो दसते रहते हैं, पर यह जो भी आ सोहना आ। इधर तो नहीं जा होना सर खोल जाता ओके चाहे बिच खोलता इदा तानसेन टॉम्ब इतों असी हूँ वापस जान लगे। बहुत ही सोहना बहुत ही अला दौला कुदरती वातावरण सब कुछ ही सोहना नज़र आ रहा है।